मोहाली की लखनऊ फर्नीचर मार्केट पूरी तरह जलकर राख हो गई। तकरीबन 50 के करीब दुकानों में आग लग गई। 20 से 25 करोड़ रुपए के बीच का फर्नीचर जलकर राख हो गया। आग लगने का कारण शॉर्ट सर्किट बताया जा रहा है। वहीं पीसीआर पार्टी मोहाली ने अपनी जान पर खेलकर आग को बुझाया। मार्केट में रह रहे 20 के करीब लोगों की जान बचाई गई। पीसीआर टीम ने खुद ही मौके पर आग में फंसे परिवारों को बाहर निकाला। परिवार में छोटे छोटे बच्चे भी शामिल थे। पीसीआर टीम ने मार्केट में रह रहे परिवारों के गैस सिलेंडर और ज्वलनशील वस्तुओं को खुद ही बाहर निकाला। एक बड़ा हादसा होने से टल गया। कोई जानी नुकसान नहीं, सिर्फ माली नुकसान ही हुआ। पीसीआर पार्टी मोहाली के इंचार्ज इंस्पेक्टर भूपिंदर सिंह की अहम भूमिका रही। उन्होंने मौके पर पहुंचकर फायर ब्रिगेड बुलाई। कुल 14-15 फायर ब्रिगेड के फायर टेंडरों ने 3 घंटे की मुशक्कत के बाद आग पर काबू पाया। ਮੋਹਾਲੀ ਦੇ ਨਾਲ ਲੱਗਦੇ ਲਖਨੌਰ ਪਿੰਡ ਵਿਖੇ ਜਿਹੜੀਆਂ ਫਰਨੀਚਰ ਦੀ ਮਾਰਕੀਟ ਬਣੀ ਹੋਈ ਸੀ, ਇਹਦੇ ਵਿੱਚ 200 ਦੇ ਕਰੀਬ ਦੁਕਾਨਾਂ ਨੇ, ਜਿਹਦੇ ਵਿੱਚੋਂ 40-50 ਦੁਕਾਨਾਂ ਜਿਹੜੀਆਂ ਸੜ ਕੇ ਬਿਲਕੁਲ ਸਵਾਹ ਹੋ ਚੁੱਕੀਆਂ ਨੇ। ਕੁਛ ਲੋਕਾਂ ਦਾ ਕਹਿਣਾ ਕਿ ਉਹਨਾਂ ਦਾ 1-20 ਰੁਪਈਏ ਦਾ ਜਿਹੜਾ ਸਮਾਨ ਆ ਨਹੀਂ ਬਚਿਆ, ਜਿਹਦੇ ਵਿੱਚ 4-5 ਲੱਖ ਤੋਂ ਲੈ ਕੇ 20 ਲੱਖ ਰੁਪਏ ਤੱਕ ਜਿਹੜਾ ਦੁਕਾਨਾਂ ਦੇ ਵਿੱਚ ਸਮਾਨ ਪਿਆ ਸੀ, ਸਾਰਾ ਜਲ ਕੇ ਰਾਖ ਹੋ ਚੁੱਕਿਆ ਵਾ। ਸਵੇਰੇ 4 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ, ਜਿਹਦੇ ਵਿੱਚ 8-9 ਗੱਡੀਆਂ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਲੱਗੀਆਂ ਸੀ, ਜਿਨ੍ਹਾਂ ਨੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ, ਕਿਉਂਕਿ ਹਵਾ ਦਾ ਜਿਹੜੀ ਤੇਜ਼ ਰਫਤਾਰੀ ਨਾਲ ਹਵਾ ਵੀ ਚੱਲ ਰਹੀ ਹੈ, ਜਿਸ ਕਾਰਨ ਅੱਗ ਦੇ ਕਾਬੂ ਪਾਉਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤਕਰੀਬਨ 4:45 ਵਜੇ ਇਹ ਅੱਗ ਦੀ ਇੱਥੋਂ ਸ਼ੁਰੂਆਤ ਹੋਈ ਹੈ। ਅਤੇ ਇਸ ਦੇ ਬਾਰੇ ਮੈਂ ਕਹੂੰਗਾ ਅਰਲੀ ਮਾਰਨਿੰਗ ਸਾਰੇ ਜਿਹੜੇ ਅਮਲੇ ਦੇ ਬਾਰੇ ਪਤਾ ਲੱਗ ਗਿਆ ਸੀਗਾ, ਅਤੇ ਫਾਇਰ ਅਫਸਰ ਸਾਹਿਬ, ਡੀਐਸਪੀ ਸਾਹਿਬ, ਜਿਹੜਾ ਜਿੱਦਾਂ ਆਪਣੇ ਦਫ਼ਤਰੀ ਅਮਲਾ ਜਿਹੜਾ ਹੈ, ਉਹਨਾਂ ਨੇ ਫਟਾਫਟ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕਰੀ। ਐਗਜੈਕਟ ਕਾਰਨ ਸਾਰੇ ਦੇ ਬਾਰੇ ਨਹੀਂ ਪਤਾ ਲੱਗਿਆ, ਪਰ ਹੋ ਸਕਦਾ ਜੀ ਕੋਈ ਲੇਬਰ ਵਗੈਰਾ ਹੋਵੇ, ਰੋਟੀ ਰਾਟੀ ਪਕਾ ਰਹੀ ਹੋਵੇ, ਉਸ ਕਰਕੇ ਅੱਗ ਲੱਗ ਗਈ ਹੋਵੇ। ਐਗਜੈਕਟ ਕਾਰਨ ਤਾਂ ਕੀ ਹੈ ਚੱਲੇ ਨੇ, 40-45 ਦੁਕਾਨਾਂ ਜੀ ਉਹਨਾਂ ਨੂੰ ਅੱਗ, ਨੁਕਸਾਨ ਕਾਫੀ ਹੈ ਜੀ ਲੋਕਾਂ ਦੇ, ਜਿਹੜੇ ਦੁਕਾਨਾਂ ਦਾ ਜਿਹੜਾ ਫਰਨੀਚਰ ਹੈ ਉਹ ਕੁਛ ਉਹਦਾ ਬਾਲਣ ਸੀਗਾ, ਉਹਦਾ ਨੁਕਸਾਨ ਹਜੇ ਨੁਕਸਾਨ ਕੋਈ ਨਹੀਂ, ਕੋਈ ਇੰਜਰੀ ਕੋਈ ਨਹੀਂ। ਗੱਡੀਆਂ ਟੁੱਟ ਲਾਈਆਂ ਸੀਗੀਆਂ ਜੀ, ਸਾਡੇ ਫਾਇਰ ਅਫਸਰ ਸਾਹਿਬ ਨੇ ਬੜੀ ਹਿੰਮਤ ਨਾਲ ਚੰਡੀਗੜ੍ਹ ਤੋਂ ਅਤੇ BSF ਨੇ ਗੱਡੀਆਂ ਮੰਗਾ ਲਈਆਂ ਸੀ, ਅਤੇ ਇਸ ਕਰਕੇ ਆਪਾਂ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਜਦ ਤੱਕ ਹਮਾਇਤ ਤੱਕ ਖਤਮ ਹੋ ਗਈ ਪੂਰੀ ਜਲ ਗਈ ਜੀ। 4 ਵਜੇ ਆਪ ਹੋ ਜਾਂਦਾ ਹੈ, ਕਮ ਸੇ ਕਮ 4-5 ਲੱਖ ਕਰੋ ਸਰ, ਕਈ ਕਰੋੜ ਕਰੋ ਸਰ। ਮੋਹਾਲੀ ਸੇ ਪੰਜਾਬੀ ਸਰਗਰਮੀਓ ਕੇ ਲੀਏ ਕੈਮਰਾਮੈਨ ਪੰਕਜ ਜੱਸੀ ਕੇ ਸਾਥ ਮੇਜਰ ਅਲੀ ਕੀ।